ਹਰਚਰਨ, ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਆਲਮੋਸਟ 3 ਦਹਾਕਿਆਂ ਤੋਂ ਜੁੜੇ ਹੋਏ ਜੇ, ਔਰ ਇਹਨਾਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਮੈਨੀਫੈਸਟੋ ਰਿਲੀਜ਼ ਕੀਤੇ ਆ। ਜਿਹੜਾ ਹੁਣ ਮੈਨੀਫੈਸਟੋ ਰਿਲੀਜ਼ ਕੀਤਾ 2024 ਚੋਣਾਂ ਵਾਸਤੇ, ਤੁਹਾਨੂੰ ਕੀ ਲੱਗਦਾ ਵਾ ਇਹ ਪਹਿਲਾਂ ਜਿਹੜੇ ਮੈਨੀਫੈਸਟੋ ਅਕਾਲੀ ਦਲ ਨੇ ਰਿਲੀਜ਼ ਕੀਤੇ ਉਹਨਾਂ ਨਾਲ ਕਿਵੇਂ ਫਰਕ ਆ? ਨਹੀਂ, ਮੈਂ ਇਸ ਤਰ੍ਹਾਂ ਤਾਂ ਨਹੀਂ ਸਮਝਿਆ ਕਿ ਫਰਕ ਹੈ, ਪਰ ਹਾਂ ਕੁਛ ਜਿਹੜਾ ਕੋਈ ਐਮਫੈਸਿਸ ਦਾ ਫਰਕ ਹੈਗਾ ਕਿ ਥੋੜ੍ਹਾ ਕੁਛ ਚੀਜ਼ਾਂ ਨੂੰ ਜ਼ਿਆਦਾ ਐਮਫੈਸਾਈਜ਼ ਕੀਤਾ ਗਿਆ ਬਿਕੋਜ਼ ਆਫ ਦੀ ਪ੍ਰੀਵੇਲਿੰਗ ਐਟਮੋਸਫੇਅਰ, ਜਾਂ ਲੋਕਾਂ ਦੇ ਮਨਾਂ 'ਚ ਕੋਈ ਸ਼ੰਕੇ ਜਿਹੇ ਪੈਦਾ ਹੋ ਰਹੇ ਸੀਗੇ, ਉਹਨਾਂ ਨੂੰ ਦੂਰ ਕਰਨ ਵਾਸਤੇ ਕੁਛ ਚੀਜ਼ਾਂ ਨੂੰ ਐਮਫੈਸਾਈਜ਼ ਖਾਸ ਤੌਰ 'ਤੇ ਕੀਤਾ ਗਿਆ। ਇਹ ਬਹੁਤਾ ਕਹਿ ਸਕਦੇ ਰੀਐਮਫੈਸਾਈਜ਼ ਕੀਤਾ ਗਿਆ, ਲੇਕਿਨ ਥੋੜ੍ਹਾ ਜਿਹਾ ਜ਼ਰੂਰ ਅੰਡਰਲਾਈਨਿੰਗ ਦਾ ਫਰਕ ਹੈਗਾ। ਹਰਚਰਨ, ਦੱਸਣਾ ਚਾਹੋਗੇ ਵੀ ਕਿਹੜੀਆਂ 2 ਜਾਂ 3 ਜਾਂ 4 ਚੀਜ਼ਾਂ ਦੇ ਉੱਤੇ ਖਾਸ ਐਮਫਸਾਈਜ਼ ਇਸ ਮੈਨੀਫੈਸਟੋ ਜਾਂ ਐਲਾਨਨਾਮੇ 'ਚ ਕੀਤਾ ਗਿਆ? ਕਵਰ ਤੁਸੀਂ ਦੇਖਿਆ ਹੋਣਾ ਕਿ ਕਾਫੀ ਦੇਰ ਤੋਂ ਕਈ ਸਾਡੇ ਜਿਹੜੇ ਕ੍ਰਿਟਿਕ ਸੀਗੇ ਉਹ ਇੱਕ ਗੱਲ ਨੂੰ ਫੜ ਕੇ ਬਹੁਤ ਕ੍ਰਿਟਿਸਾਈਜ਼ ਕਰਦੇ ਸੀਗੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਪੰਥਕ ਦੀ ਬਜਾਏ ਹੁਣ ਪੰਜਾਬੀ ਹੋਣ 'ਤੇ ਜ਼ਿਆਦਾ ਜ਼ੋਰ ਦੇ ਰਿਹਾ। ਹਾਲਾਂਕਿ ਸਾਨੂੰ ਇਹ ਗੱਲ ਕਦੇ ਸਮਝ ਨਹੀਂ ਸੀ ਆਈ, ਕਿਉਂਕਿ ਆਪਾਂ ਕਹਿੰਦੇ ਰਹੇ ਹਾਂ ਕਿ ਪੰਜਾਬ ਜਿਉਂਦਾ ਦੁਰਾਂ ਦੇ ਨਾਂ 'ਤੇ, ਕਿ ਪੰਜਾਬ ਔਰ ਪੰਥ ਦੇ ਵਿੱਚ ਕੰਟਰਡਿਕਸ਼ਨ ਜਿਹੜੀ ਨਵੀਂ ਗੱਲ ਲੱਗ ਰਹੀ ਸੀ ਸਾਨੂੰ ਇਹ, ਵੀ ਇਹ ਕੀ ਗੱਲ ਹੋਈ ਕਿ ਪੰਜਾਬ ਨੂੰ ਪੰਥ ਨਾਲ ਤੋੜਿਆ ਜਾ ਰਿਹਾ, ਜਦਕਿ ਪੰਜਾਬ ਦੀ ਪਹਿਚਾਣ ਹੀ ਆਪਾਂ ਪੰਥ ਨਾਲ ਸਮਝਦੇ ਹਾਂ। ਸੋ ਐਨੀਵੇ, ਅਸੀਂ ਸੋਚਿਆ ਕਿ ਚਲੋ ਠੀਕ ਹੈ, ਜੇ ਇੱਦਾਂ ਹੈ ਤਾਂ ਆਪਾਂ ਇਸ ਗੱਲ ਨੂੰ ਜਿਹੜਾ ਰੀਐਮਫਸਾਈਜ਼ ਕਰਦੇ ਹਾਂ। ਗੱਲ ਇਹ ਪਹਿਲਾਂ ਵੀ ਹਰੇਕ ਮੈਨੀਫੈਸਟੋ ਜਿਹੜਾ ਵੀ ਕਦੋਂ 'ਚ ਮੇਰਾ ਹੱਥ ਰਹਿੰਦਾ ਰਿਹਾ ਅਤੇ ਪੰਥ ਦਾ ਤਾਂ ਜ਼ਿਕਰ ਹਰੇਕ ਹੀ ਵਿੱਚ ਸੀਗਾ, ਲੇਕਿਨ ਇਹ ਜ਼ਰੂਰ ਬੜਾ ਇਸ ਗੱਲ ਨੂੰ ਥੋੜ੍ਹਾ ਜਿਹਾ ਹੋਰ ਦਬਾ ਕੇ ਹੋਰ ਜ਼ੋਰ ਨਾਲ ਬੁਲੰਦਬਾਜ਼ ਦੇ ਵਿੱਚ ਕਿਹਾ ਗਿਆ ਕਿ ਜਿਹੜੀ ਪੰਥ ਵਾਲੀ ਗੱਲ ਆ ਜਾਂ ਪੰਥਕ ਵੈਲਿਊਜ਼ ਵਾਲੀ ਗੱਲ ਆ, ਜਾਂ ਇਹ ਕਹਿਣਾ ਕਿ ਪੰਥਕ ਆਈਡੀਅਲਜ਼ ਪੋਲੀਟਿਕਸ, ਮਤਲਬ ਜਿਹੜੇ ਪੰਥਕ ਸਿਧਾਂਤ ਆ ਉਹ ਸਿਆਸਤ ਤੋਂ ਉੱਪਰ ਨੇ, ਅਤੇ ਜਿਹੜਾ ਕੋਈ ਵੀ ਪੋਲੀਟੀਕਲ ਕੈਲਕੂਲੇਸ਼ਨ ਆ ਉਹ ਕਿਸੇ ਕੌਜ਼ ਤੋਂ ਉੱਪਰ ਨਹੀਂ ਹੁੰਦੀਆਂ, ਇਸ ਗੱਲ ਨੂੰ ਜਿਹੜਾ ਜ਼ਿਆਦਾ ਐਮਫੈਸਿਸ ਦੇ ਵਿੱਚ ਐਮਫੈਸਿਸ ਦੇ ਕੇ ਮਤਲਬ ਇਹਨਾਂ ਨੂੰ ਬਾਹਰ ਲਿਆਂਦਾ ਗਿਆ। ਓਕੇ, ਰਾਈਟ। ਹਰਚਰਨ, ਜਦੋਂ ਦਾ ਇਹ ਨਵਾਂ ਮੈਨੀਫੈਸਟੋ ਆਇਆ ਵਾ, ਮੈਂ ਕਈ ਥਾਵਾਂ 'ਤੇ ਆਰਟੀਕਲ ਪੜ੍ਹ ਰਿਹਾ, ਅਨੈਲਿਸਿਸ ਪੜ੍ਹ ਰਿਹਾ, ਉੱਥੇ ਇੱਕ ਫੀਲਿੰਗ ਜਿਹੜੀ ਬਾਹਰ ਨਿਕਲ ਕੇ ਆਉਂਦੀ ਉਹ ਆ ਕਿ ਆਹ ਜਿਹੜੀਆਂ ਗੱਲਾਂ ਹੁਣ ਇਸ ਮੈਨੀਫੈਸਟੋ 'ਚ ਕੀਤੀਆਂ, ਭਾਵੇਂ ਉਹ ਸੰਘੀ ਢਾਂਚੇ ਦੀ ਗੱਲ ਆ, ਭਾਵੇਂ ਪੰਜਾਬ ਦੀਆਂ ਮੰਗਾਂ ਦੀ ਗੱਲ ਆ, ਚੰਡੀਗੜ੍ਹ ਦੇ ਟ੍ਰਾਂਸਫਰ ਦੀ ਗੱਲ ਆ, ਜਿਸ ਵੇਲੇ ਅਕਾਲੀ ਦਲ ਆਪਣੇ ਦਾ ਗੱਠਜੋੜ ਸੀਗਾ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ, ਅਤੇ ਉਦੋਂ ਇਹ ਗੱਲਾਂ ਕਿਉਂ ਨਹੀਂ ਜ਼ੋਰਦਾਰ ਤਰੀਕੇ ਨਾਲ ਚੁੱਕੀਆਂ? ਹੁਣ ਇਹਨਾਂ ਦੇ ਬਾਰੇ ਗੱਲ ਕਰਨ ਦਾ ਕੀ ਫਾਇਦਾ? ਨਹੀਂ, ਮੈਂ ਬੜਾ ਖੁਸ਼ ਹਾਂ ਕਿ ਤੁਸੀਂ ਮੈਨੂੰ ਪੁੱਛ ਰਹੇ ਹੋ, ਔਰ ਮੈਨੂੰ ਇਹ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਤੁਸੀਂ ਪੁੱਛ ਰਹੇ ਹੋ, ਬਿਕੋਜ਼ ਤੁਸੀਂ ਸਾਰਾ ਪੰਜਾਬ ਦਾ ਸੰਤਾਪ ਆਪਣੀਆਂ ਅੱਖਾਂ ਨਾਲ ਦੇਖਿਆ, ਉਹਨਾਂ ਨੂੰ ਰਿਪੋਰਟ ਵੀ ਕੀਤਾ, ਤੁਹਾਡੀ ਆਪਰੇਸ਼ਨ ਬਲੂ ਸਟਾਰ ਦੇ ਉੱਤੇ ਵੀ ਸਾਰਾ ਜਿਹੜਾ ਵੀਡੀਓਜ਼ ਮੈਂ ਦੇਖੇ ਨੇ, ਔਰ ਬਾਕੀ ਤੁਹਾਡੀਆਂ ਰਾਈਟਿੰਗ ਬਾਰੇ ਸਾਰੀ ਦੁਨੀਆ ਵਾਕਫ ਹੈ। ਸੋ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਸਮਝ ਪਾਏਗਾ ਜਿਹੜੀ ਮੈਂ ਗੱਲ ਦੱਸਣ ਲੱਗਾ ਕਿ ਜਦੋਂ ਸਰਕਾਰਾਂ ਸਾਡੀਆਂ ਰਹੀਆਂ ਨੇ ਉਦੋਂ ਪੰਥ ਦੀ ਗੱਲ ਜਿਹੜੀ ਆ ਸਗੋਂ ਇਸ ਤੋਂ ਵੀ ਬੁਲੰਦੀ ਨਾ ਹੋਈ ਆ, ਬਲਕਿ ਇਹ ਹੱਦ ਤੱਕ ਹੋਈ ਆ ਕਿ ਦੇਸ਼ ਦੇ ਸੰਵਿਧਾਨ ਨੂੰ ਵੀ ਪਾਸੇ ਰੱਖੇ ਹੋਈ ਆ। ਮੈਂ ਤੁਹਾਨੂੰ 2-3 ਐਗਜ਼ਾਮਪਲ ਦਿੰਦਾ ਕਿ FIN ਉੱਤੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ ਉਦੋਂ ਸਾਡੀ ਸਰਕਾਰ ਸੀਗੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਣੇ ਮੁੱਖ ਮੰਤਰੀ ਸੀਗੇ, ਮੈਂ ਉਹਨਾਂ ਦੇ ਨਾਲ ਹੀ ਬੈਠਾ ਸੀ। ਮੈਨੂੰ ਤੁਸੀਂ ਤਾਂ ਸ਼ਾਇਦ ਮੈਨੂੰ ਨਹੀਂ ਪਤਾ ਉਸ ਦਿਨ ਸੀਗੇ ਨਾ, ਸਾਡੇ ਤੁਸੀਂ ਐਡੀਟਰ ਦੇ ਲੈਵਲ 'ਤੇ ਚਲੇ ਗਏ ਸੀ, ਤਾਂ ਸ਼ਾਇਦ ਪ੍ਰੈਸ ਕਾਨਫਰੰਸ 'ਚ ਨਹੀਂ ਆਉਂਦੇ ਸੀ ਉਹਨਾਂ ਦਿਨਾਂ 'ਚ, ਲੇਕਿਨ ਉੱਥੇ ਇੱਕ ਸਵਾਲ ਆਇਆ ਸੀ ਇਸੇ ਗੱਲ ਦੇ ਉੱਤੇ ਕਿ ਸੁਪਰੀਮ ਕੋਰਟ ਦਾ ਜਿਹੜਾ ਵਰਡਿਕਟ ਆਇਆ ਉਹਦੇ 'ਚ ਅਕਾਲੀ ਦਲ ਕੀ ਕਰੇਗਾ ਪੰਜਾਬ ਗਵਰਨਮੈਂਟ। ਤੋਂ ਤੁਹਾਨੂੰ ਇਹਦਾ ਖਿਆਲ ਹੋਣਾ ਜ਼ਰੂਰ, ਤਾਂ ਤੁਹਾਡੇ ਕਾਪੀ ਇਹ ਆਈ ਹੋਏਗੀ ਉਸ ਦਿਨ, ਅਤੇ ਬਾਦਲ ਸਾਹਿਬ ਨੇ ਕਿਹਾ ਸੀਗਾ ਕਿ ਸੁਪਰੀਮ ਕੋਰਟ ਨੇ ਜਿਹੜਾ ਮੈਨੂੰ ਫਾਹੇ ਲਾਣਾ ਲਾ ਲਏ
ਮੈਂ ਇਹ ਫੈਸਲਾ ਮੁੱਖ ਮੰਤਰੀ ਹੁੰਦੇ ਹੁੰਦੇ ਇੰਪਲੀਮੈਂਟ ਨਹੀਂ ਹੋ ਦੇਣਾ ਤੇ ਨਾ ਇਹਦਾ ਕੋਈ ਸਵਾਲ ਹੀ ਆ, ਬਿਕੋਜ਼ ਜਿਹੜਾ ਵੱਡਾ ਸਵਾਲ ਆ ਉਹ ਹੈ ਕਿ ਰੈਪੀਡੀਅਨ ਪ੍ਰਿੰਸੀਪਲ ਦੇ ਉੱਤੇ ਜਿਹੜਾ ਫੈਸਲਾ ਹੋਇਆ ਕਿ ਨਹੀਂ ਹੋਇਆ। ਤੇ ਇਸ ਕਰਕੇ ਮੈਂ SIL ਦੇ ਉੱਤੇ, ਚਾਹੇ ਸੁਪਰੀਮ ਕੋਰਟ ਕਹਿ ਰਹੀ ਹੈ, ਆਰਡਰ ਕਰ ਰਹੀ ਹੈ ਸਾਨੂੰ, ਮੈਂ ਆਮ ਗੋਇੰਗ ਟੂ ਡਿਫਾਈ, ਹੀ ਯੂਜ਼ ਦਾ ਵਰਡ ਕਿ ਆਮ ਗੋਇੰਗ ਟੂ ਡਿਫਾਈ ਦਿਸ, ਇੱਕ ਚੀਜ਼। ਦੂਸਰੀ ਚੀਜ਼, ਰਾਜਵਾਣਾ ਦਾ ਜਿਹੜਾ ਜਿਹੜਾ ਫਾਂਸੀ ਦਾ ਰਾਜਵਾਣਾ ਭਾਈ ਰਾਜਵਾਣਾ ਦਾ ਜਿਹੜਾ ਫਾਂਸੀ ਦਾ ਫੈਸਲਾ ਆਇਆ ਸੀਗਾ, ਉਦੋਂ ਵੀ ਸਾਡੀ ਸਰਕਾਰ ਸੀ। ਉਦੋਂ ਵੀ ਤੁਹਾਨੂੰ ਖਿਆਲ ਹੋਏਗਾ ਕਿ ਬਾਦਲ ਸਾਹਿਬ ਨੇ ਪ੍ਰੈਸ ਕਾਨਫਰੰਸ ਸਪੈਸ਼ਲੀ ਕੀਤੀ ਸੀ ਕਿ ਸਰਕਾਰ ਜਾਂਦੀ ਤਾਂ ਜਾਵੇ। ਸਾਡੇ ਹੁੰਦੇ ਜਿਹੜੀ ਗੱਲ ਨੂੰ ਅਸੀਂ ਠੀਕ ਸਮਝਦੇ ਹਾਂ ਕਿ ਸਿੱਖੀ ਜਜ਼ਬਾਤ 'ਚ ਆ ਕੇ ਕਿਸੇ ਨੇ ਕੁਛ ਲੋਕਾਂ ਨੇ ਕੰਮ ਕੀਤੇ ਹੈ, ਉਹਨਾਂ ਉੱਤੇ ਵਿਊ ਜਿਹੜਾ ਲੈਣ ਦੀ ਇੱਕ ਡਿਫਰੈਂਟ ਵਿਊ ਲੈਣ ਦੀ ਗੱਲ ਹੈਗੀ ਹੈ। ਔਰ ਅਕਾਲੀ ਦਲ ਦਾ ਹਮੇਸ਼ਾ ਇਹ ਸਟੈਂਡ ਰਿਹਾ ਕਿ ਲੋ ਐਂਡ ਆਰਡਰ ਪ੍ਰੋਬਲਮ ਨਹੀਂ ਹੈ, ਇਮੋਸ਼ਨਲ ਪ੍ਰੋਬਲਮ ਹੈ, ਹਿਊਮਨ ਪ੍ਰੋਬਲਮ ਹੈ, ਪੋਲੀਟੀਕਲ ਪ੍ਰੋਬਲਮ ਆ, ਉਹ ਸਮਝੋ ਤੋਂ ਲੈਣਾ ਚਾਹੀਦਾ। ਇਸ ਕਰਕੇ ਮੈਂ ਜਿੰਨਾ ਚਿਰ ਮੁੱਖ ਮੰਤਰੀ ਹਾਂ, ਉਹਨਾਂ ਚਿਰ ਚਾਹੇ ਸੁਪਰੀਮ ਕੋਰਟ ਕਹੇ ਚਾਹੇ ਮੈਨੂੰ ਲਾਣਾ ਲਾ ਦੇਣ, ਡੈਫੀਨੇਸ਼ਨ ਦੇ ਰਹਿਣਾ ਉਹ ਕਰ ਲੈਣ, ਭਾਈ ਰਾਜਵਾਣਾ ਨੂੰ ਫਾਂਸੀ ਨਹੀਂ ਲੱਗੇਗੀ ਅਕਾਲੀ ਦਲ ਸਰਕਾਰ ਹੁੰਦੇ ਹੋਏ। ਇਸ ਤਰ੍ਹਾਂ ਹੀ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਕਿ ਚੰਡੀਗੜ੍ਹ ਬਾਰੇ ਜੋ ਹੋ ਸਕਦਾ ਹੁੰਦਾ ਬਤੌਰ ਸਰਕਾਰ, ਪੋਲੀਟੀਕਲ ਪਾਰਟੀ ਦੀ ਗੱਲ ਅਲੱਗ ਹੁੰਦੀ ਹੈ, ਬਤੌਰ ਸਰਕਾਰ ਤਾਂ ਤੁਸੀਂ ਵੀ ਜਾਣਦੇ ਹੋ ਕਿ ਜੋ ਹੋ ਸਕਦਾ ਹੁੰਦਾ ਉਹੀ ਹੁੰਦਾ ਕਿ ਤੁਸੀਂ ਇਹਨਾਂ ਇਸ਼ੂ ਨੂੰ ਔਨ ਰਿਕਾਰਡ ਲਿਆਉਂਦੇ ਆ, ਜਿਹੜੀਆਂ ਕਿ ਲੈਟਰ ਮੇਰੇ ਆਪਣੇ ਹੱਥ ਦੀਆਂ ਲਿਖੀਆਂ ਹੋਈਆਂ, ਰੈਜੋਲੂਸ਼ਨ ਔਰ ਲੈਟਰ ਵਗੈਰਾ, ਕਮਿਊਨੀਕੇਸ਼ਨ ਵਿਦ ਦਾ ਪ੍ਰਾਈਮ ਮਿਨਿਸਟਰ, ਉਹ ਸਾਰੀਆਂ ਔਨ ਰਿਕਾਰਡ ਹੈਗੀਆਂ ਨੇ, ਤਾਂ ਕਦੇ ਵੀ ਕਿਸੇ ਇਸ਼ੂ ਨੂੰ ਛੱਡਿਆ ਨਹੀਂ ਗਿਆ। ਲੇਕਿਨ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਜਦੋਂ ਇਹ ਗੱਲ ਜਿਹੜੀ ਚੰਡੀਗੜ੍ਹ ਰਿਵਰ ਵਾਟਰ ਵਾਲਾ ਆ, ਇਹਨੂੰ ਕੰਪਲੀਕੇਟ ਇੰਨਾ ਕਰ ਦਿੱਤਾ ਗਿਆ ਹੋਇਆ, ਮਤਲਬ ਇਸ ਤਰ੍ਹਾਂ ਹੈ ਕਿ ਇੱਕ ਲਾਸ਼ ਤੁਸੀਂ ਬਣਾ ਕੇ ਸਿੱਟ ਦਿੱਤੀ ਪੰਜਾਬ ਦੇ ਹਿੱਤਾਂ ਦੀ ਕਾਂਗਰਸ ਨੇ, ਤੇ ਸਾਨੂੰ ਕਹਿੰਦੇ ਤੁਸੀਂ ਇਹਨੂੰ ਜਿੰਦਾ ਕਿਉਂ ਨਹੀਂ ਕਰ ਰਹੇ। ਮੇਰੀ ਗੱਲ ਸਮਝਦੇ ਹਾਂ, ਜਦੋਂ ਤੁਸੀਂ ਇੰਨੀ ਕੰਪਲੀਟ ਕਰ ਦਿੱਤੀ ਹੋਈ ਹੈ ਤੇ ਉਹਦਾ ਤੁਸੀਂ ਵੀ ਕੈਨ ਓਨਲੀ